ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਕਿਵੇਂ ਹੋ ਜੀ ਤੁਸੀਂ ਸਾਰੇ? ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗਦੀਆਂ ਆਪਣੀਆਂ ਵੀਡੀਓਜ਼। ਅਤੇ ਅੱਜ ਆਪਾਂ ਸੈਲਜ ਦੀ ਪਿੱਟ 'ਤੇ ਵੀਡੀਓ ਬਣਾ ਰਹੇ ਹਾਂ, ਤੁਹਾਨੂੰ ਦੱਸਦੇ ਹਾਂ ਵੀ ਕਿੱਦਾਂ ਚਾਹੀਦੀ ਆਪਣੇ ਫਾਰਮ 'ਚ, ਕਿੱਦਾਂ ਬਣਾਈਆਂ ਹੋਈਆਂ ਆਪਾਂ ਨੇ ਅਚਾਰ ਵਾਲੀਆਂ ਪਿੱਟਾਂ ਸੈਲਜ ਲਈ। ਅਤੇ ਫਾਰਮ 'ਚ ਇੱਧਰ ਦੇਖੋ ਪਿੱਛੇ ਮਸ਼ੀਨਾਂ ਕਰਤੀਆਂ ਆਪਾਂ ਨੇ ਤਿਆਰ, ਬਸ ਤਿਆਰੀ ਜੀ ਉਹ ਹੈ ਚਾਰ ਦੀ, ਕਰ ਦੇਣਾ ਪੰਜ ਛੇ ਦਿਨ ਤੱਕ ਸਟਾਰਟ। ਹੋਰ ਵਧੀਆ ਵਧੀਆ, ਮੈਂ ਕਿਹਾ ਪਿੱਟਾਂ ਦਿਖਾ ਦਈਏ ਅਚਾਰ ਵਾਲੀਆਂ ਸੈਲੇਜ ਵਾਲੀਆਂ। ਬੰਦੇ ਦਾ ਮੈਸੇਜ ਆਉਂਦੇ ਆ ਵੀ ਸੈਲੇਜ 'ਤੇ ਵੀਡੀਓ ਜੀ ਬਣਾਓ, ਵੀ ਸਾਨੂੰ ਦੱਸੋ ਪਿੱਟ ਕਿਵੇਂ ਚਾਹੀਦੀ ਹੈ, ਸੈਲੇਜ ਕਿਵੇਂ ਪਾਉਣਾ, ਉਹ ਬਣਾਉਣ ਲੱਗੇ ਹਾਂ। ਬਾਕੀ ਅੱਜ ਜੇ ਆਪਾਂ ਨੇ ਆਪਣਾ ਅਚਾਰ ਬਚਾਉਣਾ ਹੈ ਨਾ, ਵੀ ਖਰਾਬ ਨਾ ਹੋਵੇ, ਉਹ ਦੱਸ ਦੇ ਵੀ ਜ਼ਿਆਦਾ ਕਿਹਦੀ ਲੋੜ ਪੈਂਦੀ ਹੈ ਵੀ ਖਰਾਬ ਨਾ ਹੋਵੇ, ਉਹ ਦੱਸ ਮਾੜਾ ਜਿਹਾ। ਹਾਂ ਮਿੱਤਰੋ ਤਵਾਈ ਦੀ ਹੈ ਜੀ, ਉਹ ਪ੍ਰੈਸ ਹੋਣਾ ਚਾਹੀਦਾ ਚੰਗੀ ਤਰ੍ਹਾਂ ਅਚਾਰ। ਅਤੇ ਹੁਣ ਤੁਹਾਨੂੰ ਪਿੱਟਾਂ ਦਿਖਾਉਂਦੇ ਹਾਂ। ਹਾਂਜੀ ਆਹ ਦੇਖੋ ਜੀ ਆਪਣੀ ਸੈਲੇਜ ਵਾਲੀ ਪਿੱਟ, ਬਸ ਤਿਆਰ ਆ ਹੁਣ, ਤੁਹਾਨੂੰ ਪਤਾ ਹੀ ਹੈ ਸੈਲੇਜ ਪਾਉਣ ਦੀਆਂ ਤਿਆਰੀਆਂ ਬਸ ਚੱਲ ਰਹੀਆਂ ਨੇ। ਅਤੇ ਆਹ ਆਪਣੀ ਜਿਹੜੀ ਪਿੱਟ ਹੈ ਜੀ, ਇਹ 90 ਫੁੱਟ ਲੰਬੀ ਹੈ, ਅਤੇ 90 ਫੁੱਟ ਲੰਬੀ ਹੈ, ਇਹ 35-40 ਫੁੱਟ ਚੜ੍ਹਾਈ ਹੋਊਗੀ ਇਹਦੀ ਇੱਧਰ ਨੂੰ। ਅਤੇ ਇਹ ਬਿਲਕੁਲ ਆਪਣੇ ਫਾਰਮ ਦਾ ਜਿਵੇਂ ਲੈਵਲ ਹੈ ਨਾ, ਕਿੱਦਾਂ ਉਹ ਸੜਕ ਦਾ ਉਹ ਨਾ ਆਪਣਾ ਭਰਤ ਪਾਇਆ ਹੋਇਆ ਆਪਾਂ ਨੇ ਇੱਥੇ ਆਪਣੇ ਖੇਤ 'ਚ। ਆ ਤੁਹਾਨੂੰ ਨਾਲ ਵਾਲਾ ਖੇਤ ਆਪਣਾ ਤਾਂ ਦਿਖਦਾ ਹੀ ਹੋਣਾ, ਇਹ ਕਿੰਨਾ ਨੀਮ ਹੈ, ਇਹ 3 ਫੁੱਟ ਨੀਮ ਹੈ, ਇਹਦੇ ਬਰਾਬਰ ਸੀਗੇ ਆਪਣੇ ਆਹ ਸਾਰੇ ਖੇਤ। ਅਤੇ ਫਿਰ ਆਪਾਂ ਨੇ ਫਾਰਮ ਜਦੋਂ ਪਾਉਣਾ ਸੀ ਨਾ, ਫਿਰ ਆਹ ਆਪਾਂ ਨੇ ਭਰਤ ਪਾਇਆ ਹੋਇਆ ਸਾਰਾ ਉਹ ਸੜਕ ਦੇ ਲੈਵਲ ਦਾ ਦੇ ਬਰਾਬਰ ਆਹ। ਅਤੇ ਜਿਹੜਾ ਉਹ ਆਪਣੇ ਫਾਰਮ ਦਾ ਉਹ ਇਹ ਤੋਂ ਵੀ 3 ਫੁੱਟ ਉੱਚਾ ਹੈ, ਜਿਹੜਾ ਉਹ ਆਪਣੇ ਫਾਰਮ ਵਾਲਾ ਹੈ ਜਿਹੜਾ ਤੁਸੀਂ ਦੇਖ ਰਹੇ ਹਾਂ ਵੀਡੀਓ 'ਚ। ਅਤੇ ਜਿਹੜੀ ਸੈਲੇਜ ਵਾਲੀ ਪਿੱਟ ਹੈ, ਇਹ ਆਪਾਂ ਨੂੰ 30 ਫੁੱਟ ਤਾਂ ਆਪਾਂ ਨੂੰ ਚਾਹੀਦੀ ਹੋਵੇ ਚੜ੍ਹਾਈ 'ਚ, ਵੀ ਚੌੜੀ ਹੋਵੇ ਅਤੇ ਟਰੈਕਟਰ ਉਹਦੇ 'ਚ ਐਨ ਅਤੇ ਘੁੰਮ ਸਕੇ। ਅਤੇ ਬਾਕੀ ਜਿੱਦਾਂ ਪਸ਼ੂ ਹੁੰਦੇ ਨੇ ਹੈ ਨਾ, ਉੱਦਾਂ ਪਿੱਟਾਂ ਹੁੰਦੀਆਂ ਨੇ, ਜਾਣੀ ਕਿ ਪਿੱਟ ਖੁੱਲ੍ਹੀ ਹੋਣੀ ਚਾਹੀਦੀ ਆ, ਖੁੱਲ੍ਹੀ ਡੁੱਲੀ, ਅਤੇ ਟਰੈਕਟਰ ਉਦੋਂ ਫਿਰ ਚੰਗੀ ਤਰ੍ਹਾਂ ਪ੍ਰੈਸ ਕਰਦਾ ਟਰੈਕਟਰ ਜਦੋਂ ਚੱਲਦਾ। ਅਤੇ ਬਾਕੀ ਜ਼ਿਆਦਾ ਬੈਸਟ ਇਹ ਹੈ ਵੀ ਆਪਣਾ ਜਿਹੜਾ ਲੈਵਲ ਹੁੰਦਾ ਨਾ ਪਿੱਟ, ਉਹ ਆਪਣੀਆਂ ਜਿਹੜੀਆਂ ਸਾਹਮਣੇ ਵਾਲੀਆਂ ਪਿੱਟਾਂ ਨੇ, ਉਹ 3 ਤੁਹਾਨੂੰ ਦਿਖ ਰਹੀਆਂ ਨੇ ਨਾ, ਉਹ ਥੋੜ੍ਹੀਆਂ 3-3, 4-4, 5-5 ਫੁੱਟ ਨੇ ਡੂੰਘੀਆਂ ਪੱਟੀਆਂ ਹੋਈਆਂ, ਇਹ ਆਪਣੇ ਇਹਦੇ ਲੈਵਲ ਦੀ ਆ। ਇਹ ਬਰਸਾਤ ਦੇ ਵਿੱਚ ਆਪਾਂ ਨੇ ਜਿਹੜਾ ਉਰੇ ਪਾਉਣਾ ਚਾਰ, ਆਪਾਂ ਬਰਸਾਤ ਦੇ ਵਿੱਚ ਉਹ ਆਹ ਪਿੱਟ ਦਾ ਚਾਰ ਚਲਾਉਣਾ, ਕਿਉਂਕਿ ਉਹ ਥੋੜ੍ਹੀਆਂ ਉਹਨਾਂ ਨੂੰ ਫਿਰ ਬੰਦੇ ਰੱਖਦੇ ਆ, ਤਾਂ ਕਰਕੇ ਉੱਥੇ ਫਿਰ ਪਾਣੀ ਖੜ੍ਹ ਜਾਂਦਾ ਮੀਹਾਂ ਕਰਕੇ ਹੈ ਨਾ, ਉਹ ਡੂੰਘੀਆਂ ਨੇ ਤਾਂ ਕਰਕੇ। ਅਤੇ ਜ਼ਿਆਦਾ ਬੈਸਟ ਪਿੱਟ ਉੱਪਰੇ ਹੋਵੇ, ਉਹ ਵਧੀਆ ਰਹਿੰਦੀ ਹੈ। ਅਤੇ ਬਾਕੀ ਤੁਹਾਨੂੰ ਉਹ ਪਿੱਟਾਂ ਦਿਖਾਉਂਦਾ ਮੈਂ ਜਾ ਕੇ ਹੁਣ। ਬਾਕੀ ਜਿਹੜਾ ਤੁਸੀਂ ਆਹ ਦੇਖ ਰਹੇ ਹਾਂ, ਇਹ ਆਪਾਂ ਇੱਦਾਂ ਬਸ ਨੋਰਮਲ ਜਿਹਾ, ਇਹ ਵੀ ਵਧੀਆ ਮਤਲਬ ਚੜ੍ਹਾਈ ਜੀ 'ਚ ਬਣਾਇਆ ਵੈ, ਮਤਲਬ ਇਹ ਫਿਰ ਜਦੋਂ ਆਹ ਪਾ ਦੇਣਾ ਹੈ ਨਾ, ਆਪਾਂ ਨੇ ਭਰ ਦੇਣੀਆਂ ਨੇ ਹੈ ਨਾ, ਫਿਰ ਅਚਾਰ ਹੁੰਦਾ ਨਹੀਂ ਹੈ ਨਾ, ਫਿਰ ਨਵੇਂ ਤਾਂ ਇੰਨਾ ਸਿਰ ਵਾਢਾ ਲੱਗਦਾ ਨਹੀਂ ਹੈਗਾ, ਤਾਂ ਕਰਕੇ ਫਿਰ ਇਹਨੂੰ ਚਲਾਉਂਦੇ ਹਾਂ, ਕਿਉਂਕਿ ਗਰਮੈਸ਼ ਬਹੁਤ ਹੁੰਦੀ ਆ ਅਚਾਰ 'ਚ, ਫਿਰ ਗਾਵਾਂ ਬਿਮਾਰ ਹੋ ਜਾਂਦੀਆਂ, ਬੱਚੇ ਵੀ ਸੜ ਜਾਂਦੀ ਹੈ। ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ, ਅਤੇ ਅਚਾਰ ਉਨਾ ਕੁ ਗਾਹਾਂ ਆਪਣਾ ਰੱਖੋ ਵੱਧ। ਅਤੇ ਜਿਹੜੀ ਆਪਣੀ ਆਹ ਪਿੱਟ ਹੈ ਜੀ, ਆ ਦੇਖੋ ਇਹ ਪੱਕੀ ਹੈ, ਆਲੇ ਦਾਲੋਂ ਪੱਕੀ ਹੈ, 5-6 ਫੁੱਟੇ ਡੂੰਘੀ ਹੋਊਗੀ ਜੀ, ਤੁਸੀਂ ਦੇਖ ਹੀ ਰਹੇ ਹਾਂ ਵੀਡੀਓ 'ਚ। ਅਤੇ ਇਹਨਾਂ ਦੀ ਵੀ ਲੰਬਾਈ 80-90 ਫੁੱਟ ਹੈ ਲੰਬਾਈ ਸਿੱਧੀ, ਅਤੇ ਚੜ੍ਹਾਈ ਇਹਨਾਂ ਦੀ 35-40 ਦੇ ਵਿੱਚ ਹੈ, ਆ ਤੁਸੀਂ ਦੇਖ ਰਹੇ 40 ਕੁ ਫੁੱਟ ਚੜ੍ਹਾਈ ਹੋਊਗੀ।
ਬਾਕੀ ਕਿੱਧਰ ਆ ਗਏ ਆਪਣੇ। ਇਹਦਾ ਰਿਲੈਵਲ ਦੋਹਾਂ ਦਾ ਸੇਮ ਹੈ, ਕਿੰਨੀ ਡੂੰਘੀ ਇਹ ਆ ਉਨਾ ਹੀ ਇਹ ਆ। ਇਹ ਦੇਖ ਲਓ ਪੱਕਾ ਹੈ ਨਾ, ਅਤੇ ਪੱਕਾ 'ਚ ਲੋਕ ਕਹਿ ਦਿੰਦੇ ਵੀ ਖਰਾਬ ਘੱਟ ਹੁੰਦਾ ਹੈ ਨਾ। ਅਤੇ ਬਾਕੀ ਆਪਣੇ ਜਿਹੜਾ ਆਪਣੇ ਆ ਕੱਚੀਆਂ ਨੇ ਪਿੱਟਾਂ, ਤੁਸੀਂ ਦੇਖ ਲਓ ਥੱਲੇ ਅਤੇ ਵੀ ਆਲੇ ਦੁਆਲੇ ਤੋਂ ਵੀ। ਇਹ ਤਾਂ ਥੱਲੇ ਤੋਂ ਕੱਚੀ ਆ ਨਾ, ਆਲੇ ਦੁਆਲੋਂ ਪੱਕੀ ਆ ਹੈ ਨਾ, ਅਤੇ ਇਹ ਆਪਣੀਆਂ ਜਿਹੜੀਆਂ ਪਿੱਟਾਂ ਨੇ ਕੱਚੀਆਂ ਹੀ ਨੇ। ਅਤੇ ਤੁਸੀਂ ਇਹਨਾਂ 'ਚ ਦੇਖ ਲਓ ਸਾਡੇ ਜਦੋਂ ਚਾਰ ਹੁਣ ਇਹ ਪੂਰੀ ਪਿੱਟ 'ਚੋਂ ਸਾਡੇ ਦੋ ਪੰਡਾ ਮਸਾਂ ਨਿਕਲਦੀਆਂ ਨੇ ਖਰਾਬ ਦੀਆਂ। ਆਪਾਂ ਕੋਈ ਝੂਠ ਨਹੀਂ ਬੋਲਦੇ, ਕੋਈ ਕੁਛ ਨਹੀਂ ਕਰਦੇ। ਤੁਸੀਂ ਆਹ ਦੇਖ ਲਓ, ਆਹ ਸਾਹਮਣੇ ਪਏ ਆ ਦੇਖ ਲਓ, ਇਹ ਕਰਾਹ ਨਾਲ ਖਿੱਚੇ ਆ ਬਣਿਆ, ਤੁਹਾਨੂੰ ਦਿਖਦਾ ਹੀ ਹੋਣਾ ਕਰਾਹ ਵੱਜਿਆ ਵਾ, ਆਹ ਪਿਆ ਇੰਨਾ ਕੁ ਦੇਖ ਲਓ, ਇੰਨਾ ਕੁ ਚਾਰ ਖਰਾਬ ਹੋਇਆ ਵਿੱਚ। ਇਹਦੇ ਅੱਧੀ ਮਿੱਟੀ ਜੀ ਆ, ਦੋ ਕੁ ਪੰਡਾਂ ਹੀ ਨੇ, ਦੋ ਵੀ ਨਹੀਂ ਹੋਣੀਆਂ ਕਿਉਂਕਿ ਥੱਲੇ ਜੇ ਤਾਂ ਬਸ ਖਿੱਚਿਆ ਹੋਇਆ ਸਾਫ ਜਿਹਾ ਕਰਿਆ ਹੋਇਆ। ਬਾਕੀ ਤੁਹਾਨੂੰ ਕੋਲ ਜਾ ਕੇ ਵੀ ਦਿਖਾਉਂਦੇ ਹਾਂ ਵੀ ਕਿੱਦਾਂ ਮਾੜਾ ਮੋਟਾ, ਇਹ ਵੀ ਤਾਂ ਹੋ ਜਾਂਦਾ ਖਰਾਬ ਜਿੱਥੇ ਪਾਣੀ ਪੂਣੀ ਜਿਹਾ ਲੱਗ ਜਾਂਦਾ ਹੈ ਨਾ, ਥੋੜ੍ਹੀ ਜਿਹੀ ਮੀਹਾਂ ਕਰਕੇ ਮੱਕੀ ਦਾ ਗਿੱਲਾ ਜਿਹਾ ਹੋ ਜਾਂਦਾ, ਤਾਂ ਕਰਕੇ ਹੋ ਜਾਂਦਾ। ਬਾਕੀ ਆਹ ਛੇਲੀ ਦੇਖੋ ਤੁਸੀਂ, ਜਾਂਦੀ ਹੈ ਡੈਡੀ ਦੇ ਨਾਲ ਨਾਲ ਰਹਿੰਦੀ ਹੈ ਜੀ ਹੁਣ ਮੇਰੇ ਨਾਲ। ਆਪਾਂ ਨੇ ਖੁੱਲ੍ਹੀ ਛੱਡੀ ਵੀ ਹੈ, ਬੰਨਦੇ ਨਹੀਂ ਇਹਨੂੰ, ਰਾਤ ਨੂੰ ਛੱਡ ਦਿੰਦੇ ਹਾਂ ਪਿੰਜਰੇ 'ਚ। ਅਤੇ ਤੁਸੀਂ ਆਹ ਦੇਖੋ ਆਹ ਪਿੱਟ, ਆਹ ਦੇਖੋ ਇਹ ਥੋੜ੍ਹਾ ਜਿਹਾ ਪਾਣੀ ਸਾਈਡ 'ਤੇ ਲੱਗਣ ਕਰਕੇ ਨਾ, ਇਹ ਦੋਹਾਂ ਦੀ ਢਾਲ ਆਏ ਸੀਗੀ ਨਾ, ਐਂ ਕਰਕੇ ਥੋੜ੍ਹਾ ਜਿਹਾ ਤਾਂ ਬਾਹਰ ਖਰਾਬ ਜਿਹਾ ਪਿਆ। ਇਹ ਵੀ ਆਹ ਟੋਏ ਦਾ ਖਰਾਬ ਇੱਧਰ ਪਿਆ, ਤੁਸੀਂ ਦੇਖ ਲਓ ਇੰਨਾ ਕੁ ਖਰਾਬ ਨਿਕਲੇ ਆਹ ਟੋਏ 'ਚੋਂ ਆਪਣੇ 'ਚੋਂ। ਅਤੇ ਇਹਦਾ ਜਿਹੜਾ ਹੋਇਆ ਸੀ ਖਰਾਬ ਜਿਹਾ ਉਹ ਪਿਆ। ਹੁਣ ਤੁਹਾਨੂੰ ਇੱਥੋਂ ਹੀ ਪਤਾ ਲੱਗ ਜੂਗਾ ਵੀ ਜ਼ਿਆਦਾ ਪਿੱਟਾਂ ਦਾ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਖੁੱਲ੍ਹੀਆਂ ਡੁੱਲੀਆਂ ਤਾਂ ਕਰਕੇ ਖਰਾਬ ਨਹੀਂ ਹੁੰਦਾ ਆਪਣਾ ਚਾਰ। ਅਤੇ ਬਾਕੀ ਪ੍ਰੈਸ 'ਤੇ ਹੁੰਦੀ ਹੈ ਜੀ, ਉਹਦੀ ਤਬਾਈ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ, ਜਦੋਂ ਤਾਂ ਬਸ ਇਹਦੇ ਵਿੱਚ ਚੱਲ ਪਿਆ ਕੰਮ ਟਰੈਕਟਰ ਉਦੋਂ ਹੀ ਸਟਾਰਟ ਕਰ ਦੇਣਾ, ਨਾ ਚੱਲੀ ਹੋ ਜਾਣਾ ਜਦ ਤੱਕ ਆਪਾਂ ਹਟਦੇ ਨਹੀਂ ਪਾਉਣ ਤੋਂ ਰੈਗੂਲਰ, ਤਾਂ ਕਰਕੇ ਅਚਾਰ ਬਚਦਾ। ਅਤੇ ਆਪਾਂ ਜਿਹੜੀ ਇਹ ਪਿੱਟ ਆ ਇਹ ਵੀ ਇਹਦੇ ਜਿੰਨੀ ਡੂੰਘੀ ਸੀਗੀ ਆਪਣੀ, ਜਿਹੜੀ ਆਹ ਪਿੱਟ ਆ ਨਾ ਇਹਦੇ ਜਿੰਨੀ ਡੂੰਘੀ ਆਪਣੀ ਆਹ ਪਿੱਟ ਸੀ। ਅਤੇ ਇਹਦੇ 'ਚ ਫਿਰ ਆਪਾਂ ਨੇ ਮਿੱਟੀ ਪਾਈ ਤੀ ਵੀ ਲੈਵਲ ਜਾਂ ਉੱਚਾ ਹੋ ਜਾਵੇ ਪਾਣੀ ਕਰਕੇ, ਤਾਂ ਕਰਕੇ ਇਹ ਆਪਣੀਆਂ ਜੀ ਪਹਿਲਾਂ ਹੀ ਪੁਰਾਣੀਆਂ ਬਣੀਆਂ ਹੋਈਆਂ ਸੀਗੀਆਂ ਪਿੱਟਾਂ। ਅਤੇ ਫਿਰ ਥੋੜ੍ਹੀ ਜਿਹੀ ਦਿੱਕਤ ਤੁਹਾਨੂੰ ਦੱਸਿਆ ਹੀ ਆ ਵੀਡੀਓ 'ਚ ਵੀ ਗਿੱਲਾ ਹੈ ਨਾ, ਡੂੰਘੀਆਂ ਚਾਹੀਦੀਆਂ ਨਹੀਂ ਲੈਵਲ ਦੇ ਬਰਾਬਰ, ਫਿਰ ਉਹ ਆਪਾਂ ਨੇ ਲੈਵਲ ਬਰਾਬਰ ਦੇ ਬਣਾਈਆਂ ਹੋਈਆਂ। ਅਤੇ ਇਹ ਵੀ ਆਪਾਂ ਨੇ ਅਗਲੇ ਸਾਲ ਇਹ ਵੀ ਆਪਾਂ ਬਰਾਬਰ ਕਰ ਦੇਣੀ ਆ ਜੀ। ਬਾਕੀ ਬਰਸਾਤ ਦਾ ਜ਼ਿਆਦਾ ਔਖਾ ਹੁੰਦਾ ਆਪਣਾ, ਬਰਸਾਤ ਦਾ ਉਹ ਟੋਏ 'ਚ ਆ ਜਾਂਦਾ। ਅਤੇ ਇੱਕ ਟੋਆ ਇੱਧਰ ਆ ਬਣਾਇਆ ਵੀ ਆਪਾਂ ਨੇ, ਕਿਉਂਕਿ ਉੱਧਰ ਫਿਰ ਰਾਸਤਾ ਨਹੀਂ ਤਾਂ, ਤਾਂ ਕਰਕੇ ਇੱਧਰ ਹੀ ਸਾਈਡ 'ਤੇ ਪਾਇਆ ਹੋਇਆ ਆਪਾਂ ਨੇ। ਫਿਰ ਉਹ ਪਿੱਟ 'ਚ ਨੂੰ ਜਦੋਂ ਫਿਰ ਚੱਲਣਾ ਨਾ ਕੰਮ, ਫਿਰ ਉੱਥੇ ਟੋਆ ਤਾਂ ਬਣਨਾ ਨਹੀਂ ਸੀ ਲੋਟ, ਤਾਂ ਕਰਕੇ ਆਪਾਂ ਨੇ ਇੱਧਰ ਇੱਧਰ ਸਾਈਡ 'ਤੇ ਕੀਤਾ ਹੋਇਆ। ਬਾਕੀ ਫੋਗਰ ਲਓ ਜੀ, ਚਬਾਈ ਚੱਲ ਰਹੀ ਹੈ ਜੀ, ਆਪਾਂ ਫੋਗਰ ਚਲਾ 'ਤੇ, ਬਹੁਤ ਨਜ਼ਾਰਾ ਜੀ ਫੋਗਰਾਂ ਦਾ। ਗਰਮੀ ਵੀ ਬਹੁਤ ਆ, 43 ਟੈਂਪਰੇਚਰ ਸੀਗਾ ਅੱਜ, ਤੁਸੀਂ ਦੇਖ ਲਓ ਲੋ ਬਹੁਤ ਜ਼ਿਆਦਾ ਚੱਲਦੀ ਆ। ਅਤੇ ਡੈਡੀ ਹੁਣੀ ਗਏ ਹੋਏ ਸੀਗੇ ਮੱਕੀ ਦੇਖਣ, ਆ ਕੁੱਕੜੀਆਂ ਜੀਆਂ ਲੈ ਕੇ ਆਏ ਹਾਂ, ਆ ਦੇਖੋ ਇੱਦਾਂ ਹਲੇ ਮੱਕੀ ਆਪਣੇ ਬੰਦਿਆਂ ਦੀ, ਇਹਨਾਂ ਕੋਲ ਗਏ ਸੀਗੇ ਡੈਡੀ ਹੁਣੀ। ਅਤੇ ਇਹਦਾ ਇੰਨੀ ਕੁ ਇੱਦਾਂ ਚਾਹੀਦਾ ਦਾਣਾ ਜਦੋਂ ਆਪਾਂ ਚਾਰ ਪਾਉਣਾ, ਥੋੜ੍ਹਾ ਜਿਹਾ ਤੋਂ ਮਤਲਬ ਪੱਕ ਜਾਵੇ, ਮਤਲਬ ਦੁੱਧ ਜਿਹਦਾ ਜੀ ਬਸ ਜਦ ਜਿਹੜੀ ਭੁੰਨਣ ਜੋਗੀ ਹੋ ਜਾਂਦੀ ਆ ਉਦੋਂ ਹੀ ਪਾਉਣਾ ਚਾਹੀਦਾ। ਅਤੇ ਬਾਕੀ